ਘੱਟ ਸ਼ੰਕਾ ਲਿਆ ਕਰ ਇਹਨਾਂ ਨੂੰ ਮਰਵਾਉਣਾ ਕਿਸੇ ਤੋਂ ਤੁਹਾਡੀਆਂ ਕੀਤੀਆਂ ਹੋਣਾਂ ਨੇ ਨਾ ਇਹ ਛੱਡੋ ਮੈਨੂੰ ਐਂ ਦੱਸੋ ਇੰਨੀ ਰਾਤ ਨੂੰ ਕੀ ਕੰਮ ਪੈ ਗਿਆ ਸੀ ਜਿਹੜਾ ਐਂ ਬੁਲਾ ਲਿਆ ਫੋਨ 'ਤੇ ਦੱਸ ਸਕਦੇ ਜਿਹੜਾ ਦੇਖਣ ਨੂੰ ਬਹੁਤ ਦਿਲ ਕਰਦਾ ਸੀ ਤਾਂ ਇੱਥੇ ਬੁਲਾ ਲਿਆ ਆਹੋ ਤੁਸੀਂ ਤਾਂ ਐਂ ਕਹਿ ਰਹੇ ਹੋ ਜਿਵੇਂ ਮੁੜ ਕੇ ਮਿਲਣਾ ਹੀ ਨਹੀਂ ਹੁੰਦਾ ਤੁਸੀਂ ਬਾਹਰ ਜਾਣਾ ਕਨੇਡਾ ਮਜ਼ਾਕ ਕਰ ਰਹੇ ਮੈਂ ਮਜ਼ਾਕ ਨਹੀਂ ਕਰ ਰਿਹਾ ਸੀਰੀਅਸ ਹਾਂ ਨਹੀਂ ਜਾਗੀ ਤੂੰ ਐਂ ਕਿਵੇਂ ਕਰ ਸਕਦਾ ਤੂੰ ਬਾਹਰ ਨਹੀਂ ਜਾ ਸਕਦਾ ਪਾਲੀ ਇਹ ਸਭ ਮੈਂ ਆਪਣੇ ਕਰਕੇ ਕਰ ਰਿਹਾ ਤਾਂ ਕਿ ਤੇਰਾ ਮੇਰਾ ਵਿਆਹ ਹੋ ਸਕੇ ਲੋੜ ਨਹੀਂ ਹੈਗੀ ਮੈਂ ਆਪੇ ਮਨਾ ਲੂੰਗੀ ਘਰ ਦੇ ਯਾਰ ਪਾਲੀ ਸਿਰਫ 2-3 ਸਾਲਾਂ ਦੀ ਤਾਂ ਗੱਲ ਆ ਮੈਂ ਆਪੇ ਹੈਂਡਲ ਕਰ ਲੂੰ ਸਭ ਕੁਝ 2-3 ਸਾਲਾਂ ਮੇਰੇ ਘਰ ਦੇ ਮੁੰਡਾ ਲੱਭੀ ਜਾਂਦੇ ਆ ਇੰਨਾ ਟਾਈਮ ਨਹੀਂ ਰੋਕ ਸਕਦੇ ਉਹਨਾਂ ਨੇ ਕਿਤੇ ਹੋਰ ਵਿਆਹ ਕਰ ਦੇਣਾ ਜੇ ਤੂੰ ਬਾਹਰ ਚਲਾ ਗਿਆ ਤਾਂ ਉਹ ਯਾਰ ਪਾਲੀ ਤੂੰ ਸਮਝਦੀ ਕਿਉਂ ਨਹੀਂ ਮੇਰਾ ਬਾਹਰ ਜਾਣਾ ਬਹੁਤ ਜ਼ਰੂਰੀ ਆ ਮੈਂ ਕੁਛ ਨਹੀਂ ਸਮਝਣਾ ਜੇ ਤੂੰ ਬਾਹਰ ਗਿਆ ਮੈਂ ਕੁਛ ਖਾ ਕੇ ਮਰ ਜੂੰਗੀ ਹੈ ਕਮਲੀ ਕਿਵੇਂ ਦੀਆਂ ਗੱਲਾਂ ਕਰਦੀਆਂ ਨੂੰ ਜੇ ਤੂੰ ਨਹੀਂ ਮੰਨਦਾ ਫਿਰ ਐਂ ਕਰ ਕੋਈ ਇੱਕ ਚੁਣਦਾ ਜਾਂ ਤਾਂ ਬਾਹਰ ਚਲਾ ਜਾ ਜਾਂ ਫਿਰ ਮੈਨੂੰ ਛੱਡ ਦੇ ਅੱਛਾ ਜੀ ਫਿਰ ਆਹ ਗੱਲ ਆ ਨਾ ਤਾਂ ਸਤਿ ਸ੍ਰੀ ਅਕਾਲ ਅਸੀਂ ਕੀ ਦੱਸੀਏ ਕਿ ਸੱਜਣਾ ਤੋਂ ਸਾਨੂੰ ਮਿਲੀਆਂ ਕੀ ਸੌਗਾਤਾਂ ਨੇ ਦਿਨ ਦੇ ਗਿਆ ਹੋ ਕੇ ਗਿਣਨੇ ਨੂੰ ਜਵਾਨੀਆਂ ਹੋ ਸੋਹਣਾ ਹੋ ਸਦਾ ਮਾਣੇ ਜਵਾਨੀਆਂ ਹੋ ਸੋਹਣਾ ਸਾਨੂੰ ਦੇ ਗਿਆ ਮਾਣ ਜੁਦਾਈਆਂ ਦਾ ਸਦਾ ਮਾਣੇ ਜਵਾਨੀਆਂ ਹੋ ਸੋਹਣਾ ਸਾਨੂੰ ਦੇ ਗਿਆ ਮਾਣ ਜੁਦਾਈਆਂ ਦਾ ਵਾ ਸੱਜਣਾ ਤੇਰੀ ਖੈਰ ਹੋਵੇ ਮੁੱਲ ਪਾਇਆ ਮੁਹੱਬਤਾਂ ਪਾਈਆਂ ਦਾ ਨੈਣੀ ਅੱਥਰੂ ਬੁੱਲਾਂ ਤੇ ਹੋ ਕੇ ਨੇ ਆਹ ਦੇਖ ਲਾ ਪਾਲੀ ਪੁੱਤ ਬਾਹਰ ਜਾਣ ਦਾ ਜਨੂੰਨ ਕਿਸੇ ਮਾਂ ਦਾ ਪੁੱਤ ਇੱਕ ਹੋਰ ਖਾ ਲਿਆ ਪਤਾ ਨਹੀਂ ਕੀ ਹੋਇਆ ਪੰਜਾਬ ਦੇ ਲੋਕਾਂ ਨੂੰ ਇੱਥੇ ਰਹਿ ਕੇ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦਾ ਕਿਉਂ ਕੀ ਹੋਇਆ ਫੁੱਫੜ ਜੀ ਅਤੇ ਹੁਣ ਆ ਕੀ ਤੀ ਪੁੱਤ ਬਾਹਰ ਜਾਣ ਲਈ ਏਜੰਟ ਕਰਿਆ ਤੀ ਮੁੰਡੇ ਨੇ ਏਜੰਟ ਪੈਸੇ ਲੈ ਕੇ ਭੱਜ ਗਿਆ ਅਤੇ ਮੁੰਡਾ ਖੁਦਕੁਸ਼ੀ ਕਰ ਗਿਆ ਅਤੇ ਇੱਕ ਗੱਲ ਹੋਰ ਆ ਮੁੰਡਾ ਮੰਗਿਆ ਵੀ ਹੋਇਆ ਸੀਗਾ ਕੁੜੀ ਜ਼ਿੰਦਗੀ ਤਾਂ ਖਰਾਬ ਹੋ ਗਈ ਨਾ ਨਾਲੇ ਗੱਲ ਸੁਣ ਲਾ ਪੁੱਤ ਮੈਂ ਤਾਂ ਇਹੋ ਜਿਹੀ ਗਲਤੀ ਕਦੇ ਨਾ ਕਰਾਂ ਮੈਂ ਤਾਂ ਤੈਨੂੰ ਬਾਹਰਲੇ ਮੁੰਡੇ ਨਾਲ ਤੋਰਾਂ ਨਾਲੇ ਇੱਥੇ ਰਹਿ ਕੇ ਘੱਟ ਖਾ ਲੇਂਗੀ ਦੁੱਖ ਸੁੱਖ ਤਾਂ ਸਰੀਕ ਤਾਂ ਹੁੰਦੀ ਰਹੇਗੀ ਨਾਲੇ ਪੁੱਤ ਤੈਨੂੰ ਛੋਟੀ ਹੁੰਦੀ ਨੂੰ ਅਸੀਂ ਨੇ ਪਾਲਿਆ ਗਾ ਨਾ ਤੇਰੇ ਮਾਂ ਪਿਓ ਨਹੀਂ ਹੈਗੇ ਤੇਰਾ ਖਿਆਲ ਰੱਖਣਾ ਸਾਡਾ ਫਰਜ਼ ਆ ਪੁੱਤ ਹਾਂਜੀ ਫੁੱਫੜੀ ਚੱਲ ਐਂ ਕਰ ਪੁੱਤ ਥੋੜ੍ਹੀ ਚਾਹ ਬਣਾ ਕੇ ਲਿਆ ਮੇਰਾ ਸਿਰ ਜ਼ਿਆਦਾ ਦਰਦ ਹੋ ਜਾਂਦਾ ਹਾਂਜੀ ਫੁੱਫੜ ਜੀ ਬਣਾ ਲਿਆਉਣੀ ਆ ਲਿਆ ਕਰਾਂ ਓਹੋ ਕੁਆਰ ਪੁੱਟ ਨੂੰ ਵੀ ਜੀ ਨਹੀਂ ਕਰਦਾ
call is currently not reachable. The number you are trying to call is currently not reachable. Please try again later. ਉਹ ਚਾਚੀ, ਉਹ ਚਾਚੀ ਕੀ ਹੋ ਗਿਆ ਤੈਨੂੰ? ਕੀ ਹੋ ਤੇਰਾ ਚਾਚਾ ਬਿਮਾਰ ਹੋ ਗਿਆ? ਉਹ ਕੀ ਹੋ ਗਿਆ ਬਾਪੂ? ਮੈਨੂੰ ਲੱਗਦਾ ਚਾਚਾ ਬਿਮਾਰ ਹੋ ਗਿਆ ਦੁਬਾਰੇ। ਚੱਲ ਤੈਨੂੰ ਘਰੇ ਲੈ ਕੇ ਚੱਲ, ਮੈਂ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਣਾ। ਚੱਲ ਚਾਚੀ। ਚਾਚੀ ਕੀ ਹੋ ਗਿਆ ਤੈਨੂੰ? ਕੀ ਹੋ ਤੇਰਾ ਚਾਚਾ ਬਿਮਾਰ ਹੋ ਗਿਆ? ਉਹ ਕੀ ਹੋ ਗਿਆ ਬਾਪੂ? ਮੈਨੂੰ ਲੱਗਦਾ ਚਾਚਾ ਬਿਮਾਰ ਹੋ ਗਿਆ ਦੁਬਾਰੇ। ਚੱਲ ਤੈਨੂੰ ਘਰੇ ਲੈ ਕੇ ਚੱਲ, ਮੈਂ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਣਾ। ਰੋਟੀ ਖਾ ਲਾ ਪੁੱਤ। ਆ ਜਾ ਬੇਬੇ, ਤੂੰ ਵੀ ਮੇਰੇ ਕੋਲ ਬਹਿ ਜਾ। ਹਾਂ, ਅੱਜ ਤਾਂ ਮੇਰੇ ਪੁੱਤ ਨੂੰ ਮੈਂ ਆਪਦੇ ਹੱਥ ਨਾਲ ਰੋਟੀ ਖਵਾਉਂਗੀ। ਉਹ ਨਾ ਨਾ ਮਾਤਾ, ਰੋਟੀ ਤਾਂ ਮੈਂ ਆਪੇ ਖਾ ਲੂੰਗਾ, ਨਾਲੇ ਉੱਥੇ ਜਾ ਕੇ ਵੀ ਤਾਂ ਮੈਨੂੰ ਆਪ ਪਕਾ ਕੇ ਖਾਣੀ ਪਿਆ ਕਰੂਗੀ। ਤੂੰ ਮੇਰੇ ਕੋਲ ਥੋੜੀ ਹੋਏਗੀ, ਮੈਨੂੰ ਤੇਰੀ ਬਹੁਤ ਯਾਦ ਆਊਗੀ। ਇੱਥੇ ਤਾਂ ਕਦੇ ਮਾਂ ਦਾ ਹਾਲ ਨਹੀਂ ਪੁੱਛਿਆ, ਉੱਥੇ ਜਾ ਕੇ ਯਾਦ ਆਊਗੀ। ਜਿੰਨਾ ਚਿਰ ਇੱਥੇ ਹੈ ਓਨਾ ਚਿਰ ਤਾਂ ਰੋਟੀ ਖਵਾ ਦਾ ਆਪਦੇ ਹੱਥ ਨਾਲ ਮੇਰੇ ਪੁੱਤ ਨੂੰ। ਉੱਥੇ ਜਾ ਕੇ ਪਤਾ ਨਹੀਂ ਟਾਈਮ ਸਿਰ ਰੋਟੀ ਖਾਵੇਂਗਾ ਕਿ ਨਹੀਂ। ਮਾਤਾ, ਮੈਨੂੰ ਤੇਰੇ ਹੱਥਾਂ ਦੀ ਬਣੀ ਹੋਈ ਰੋਟੀ ਨਾ ਬਹੁਤ ਯਾਦ ਆਊਗੀ। ਮਾਂ ਤੋਂ ਦੂਰ ਜਾਣਾ ਜ਼ਰੂਰੀ ਹੈ ਪੁੱਤ, ਉੱਥੇ ਜਾ ਕੇ ਮੈਨੂੰ ਭੁੱਲ ਨਾ ਜਾਈ। ਓਹੋ, ਮਾਤਾ ਤੂੰ ਤਾਂ ਕਮਲੀ ਹੋ ਗਈ। ਉਹ ਨਹੀਂ ਭੁੱਲਦਾ ਮਾਂ ਮੇਰੀ। ਏ ਲੈ ਦੱਸ, ਤੂੰ ਵੀ ਕਿਹੋ ਜਿਹੀਆਂ ਗੱਲਾਂ ਕਰਦੀਆਂ ਕਮਲੀ ਹੋਈ? ਕਦੇ ਪੁੱਤ ਆਪਣੀਆਂ ਮਾਵਾਂ ਨੂੰ ਭੁੱਲਦੇ ਆ ਬਾਹਰ ਜਾ ਕੇ? ਉਹ ਨਾਲੇ ਮੈਂ ਹੋਰ ਬੱਚਿਆਂ ਵਰਗਾ ਥੋੜੀ ਆ, ਤੂੰ ਤਾਂ ਮੇਰੇ ਦਿਲ 'ਚ ਰਹੇਗੀ। ਮੰਗਾ ਵੀ ਤਾਂ ਭੁੱਲ ਹੀ ਗਿਆ ਉਹਦੇ ਮਾਂ ਬਾਪ ਨੂੰ। ਉਹ ਨਹੀਂ ਨੀ ਮਾਤਾ, ਐਵੇਂ ਨੀ ਟੈਨਸ਼ਨ ਲਿਆ ਕਰਦੇ, ਹੈ ਨਾ। ਮਾਰਸ਼ਮ, ਉਹ ਬਸ ਗੱਲਬਾਤ ਸਿਰਾ ਹੋਣ ਵਾਲੀ ਆ। ਉਹ ਫਾਈਲ ਤਾਂ ਲੱਗ ਗਈ ਮੇਰੀ ਯਾਰ। ਹਾਂ, ਮੈਂ ਥੋੜ੍ਹੇ ਟਾਈਮ 'ਚ ਲੱਗ ਜੂਗਾ ਪਤਾ। ਹਾਂ ਹਾਂ, ਤੈਨੂੰ ਤਾਂ ਦੱਸੂੰਗਾ ਯਾਰ, ਐਂ ਥੋੜ੍ਹੀ ਇੱਥੇ ਤੈਨੂੰ ਨਾ ਦੱਸੂ। ਇੱਕ ਮਿੰਟ ਮੈਂ ਕਰਦਾ ਬਾਪੂ। ਓ ਬਾਪੂ, ਦੇਖੀ ਬਾਪੂ ਕੀ ਹੋ ਗਿਆ? ਖੜਾ ਹੋ। ਕੁਛ ਨਹੀਂ, ਐਵੇਂ ਚੱਕਰ ਜਿਹਾ ਆ ਗਿਆ ਬਸ। ਆਇਆ ਉੱਧਰ ਬੈਠ ਮੰਜੇ ਤੇ। ਤੈਨੂੰ ਕਿੰਨੀ ਵਾਰੀ ਕਿਹਾ ਬਾਪੂ, ਤੂੰ ਨਾ ਕੰਮ ਕਰਿਆ ਕਰ ਐਵੇਂ ਧੁੱਪ 'ਚ, ਬੈਠ ਮੈਂ ਪਾਣੀ ਲੈ ਕੇ ਆਵਾਂ। ਹਾਲਾ ਬਾਪੂ, ਪਾਣੀ ਪੀ। ਨਾਲੇ ਤੈਨੂੰ ਕਿੰਨੀ ਵਾਰੀ ਕਿਹਾ ਬਾਪੂ, ਤੂੰ ਐਵੇਂ ਨਾ ਧੁੱਪ 'ਚ ਕੰਮ ਕਰਿਆ ਕਰ,
ਤੇਰੇ ਜਾਣ ਤੋਂ ਮਗਰੋਂ ਵੀ ਤਾਂ ਕਰਨਾ ਹੀ ਆ ਕੰਮ। ਮੈਂ ਕਿਹਾ ਚਲ ਆਦਤ ਜੀ ਪੈ ਜੂਗੀ ਕੰਮ ਕਰਨ ਦੀ। ਓਹੋ ਬਾਪੂ, ਆਦਤ ਨੂੰ ਦੱਸ ਕੀ ਆ, ਮੇਰੇ ਜਾਣ ਤੋਂ ਬਾਅਦ ਸਾਰੀ ਜ਼ਮੀਨ ਠੇਕੇ 'ਤੇ ਦੇ ਦੀ। ਲੈ ਠੇਕੇ 'ਤੇ ਜ਼ਮੀਨ ਦੇ ਕੇ ਗੁਜ਼ਾਰਾ ਹੋਣਾ ਕਿਤੇ? ਘਰ ਦੇ ਖਰਚੇ ਪੂਰੇ ਕਰੂੰਗਾ ਕਿ ਸਰਪੰਚ ਦੇ ਮੋੜੂੰਗਾ ਪੈਸੇ? ਓਹੋ ਬਾਪੂ, ਉਹ ਮੈਂ ਕਾਹਦੇ ਵਾਸਤੇ ਚੱਲਿਆ ਬਾਹਰ? ਉਹ ਇੱਕ ਸਾਲ 'ਚ ਕਰਜ਼ਾ ਮੁਕਤ ਕਰ ਦੂੰ ਤੈਨੂੰ ਇੱਕ ਸਾਲ 'ਚ। ਚੱਲ ਹੁਣ ਤੂੰ ਘਰੇ ਜਾ, ਕੋਈ ਗੱਲ ਨਹੀਂ ਮੈਂ ਆਪੇ ਮੋੜ ਦਿੰਦਾ। ਆਹ ਬਟਰ ਜੀ ਕਿਹੜੀ ਬਣਾ ਰਿਹਾ ਤੂੰ, ਧਿਆਨ ਨਾਲ ਜਾਈ। ਚੱਲ ਠੀਕ ਆ ਸ਼ੀਲਾ। ਠੀਕ ਆ, ਸ਼ਾਬਾਸ਼। ਮੈਂ ਤਾਂ ਬਹੁਤ ਤੰਗ ਆਗਾ, ਕੋਈ ਡਾਕਟਰ ਡੂਕਟਰ ਬੁਲਾ ਲਿਆ। ਲਿਆਉਂਦੀ ਹਾਂ ਮੈਂ, ਜਾਂਦੀ ਹਾਂ ਬਾਈ ਜੀ ਬਣੀ, ਉਹਨਾਂ ਨੂੰ ਲਿਆਉਂਦੀ ਹਾਂ ਸੱਦ ਕੇ ਲਿਆਉਂਦੀ ਹਾਂ। ਯਾਰ ਮੈਂ ਜਦੋਂ ਤੁਹਾਨੂੰ ਕਹਿਤਾ ਨਾ ਕਿ ਮੈਂ ਬਾਹਰ ਜਾਣਾ ਤਾਂ ਬਸ ਜਾਣਾ ਹੀ ਆ, ਯਾਰ ਤੁਸੀਂ ਮੇਰੀਆਂ ਗੱਲਾਂ ਸਮਝਦੇ ਕਿਉਂ ਨਹੀਂ? ਮੈਂ ਜੋ ਕੁਛ ਵੀ ਕਰ ਰਿਹਾ ਨਾ ਤੁਹਾਡੇ ਕਰਕੇ ਹੀ ਤਾਂ ਕਰ ਰਿਹਾ ਯਾਰ। ਉਹ ਯਾਰ ਤੁਸੀਂ ਐਵੇਂ ਦੀਆਂ ਗੱਲਾਂ ਕਿਉਂ ਕਰਦੇ ਹੋ, ਪਾਗਲ ਹੋ ਗਈ ਤੂੰ? ਨੀ ਤੂੰ ਵੇਲਾ ਵਾਂਗੂ ਚੜ ਗਈ ਰੂਦਿਆਂ ਰੁੱਖਾਂ ਤੇ, ਤੇ ਮੈਂ ਤੇਰੇ ਪੈਰੀ ਉੱਗ ਆਇਆ ਹਾਂ ਕਾ ਬਣ ਕੇ। ਮੇਰੇ ਦਿਲ ਤੋਂ ਉੱਠਦੀਆਂ ਹੁਕਾਂ ਮੈਨੂੰ ਪੁੱਛਦੀਆਂ ਨੇ, ਕਿੱਥੇ ਗੁੰਮ ਜਾਂਦੇ ਨੇ
ਏਡੇ ਸੋਹਣੇ ਰਾਹ ਬਣ ਕੇ ਮੀਂਹ ਤੋਂ ਵੇਲਾ ਵਾਂਗੂੰ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਕ ਆਇਆ ਹਾਂ ਖਾ ਬਣ ਕੇ ਮੇਰੇ ਦਿਲ ਚੋਂ ਉੱਠਦੀਆਂ ਹੁਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੀਆਂ ਨੇ ਏਡੇ ਸੋਹਣੇ ਰਾਹ ਬਣ ਕੇ ਕੱਚ ਦੇ ਟੋਟੇ ਚੁਗਦੇ ਰਹੇ ਇਹ ਨਾ ਤਲੀਆਂ ਤੇ ਤੇਰੇ ਨਾਮ ਦੇ ਸੂਰਜ ਉਗਦੇ ਰਹੇ ਤੇਰੇ ਰਾਹਾਂ ਵਿੱਚੋਂ ਕੱਚ ਦੇ ਟੋਟੇ ਚੁਗਦੇ ਰਹੇ ਇਹ ਨਾ ਤਲੀਆਂ ਤੇ ਤੇਰੇ ਨਾਮ ਦੇ ਸੂਰਜ ਉਗਦੇ ਰਹੇ ਨੀ ਤੂੰ ਸੁਪਨਾ ਬਣ ਕੇ ਮਿਲ ਜਾਣੀ ਰਾਤਾਂ ਨੂੰ ਤੜਕੇ ਉੱਠ ਕੇ ਤੱਕੀ ਦਿਲ ਚੋਂ ਨਿਕਲੇ ਤਾ ਬਣ ਕੇ ਮੀਂਹ ਤੋਂ ਵੇਲਾ ਵਾਂਗੂੰ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਕ ਆਇਆ ਹਾਂ ਖਾ ਬਣ ਕੇ ਮੇਰੇ ਦਿਲ ਚੋਂ ਉੱਠਦੀਆਂ ਹੁਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਏਡੇ ਸੋਹਣੇ ਰਾਹ ਬਣ ਕੇ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ ਹਾਲੇ ਕਿੰਨੀਆਂ ਚੀਜ਼ਾਂ ਹੱਥ ਵਿੱਚ ਕਾਰੇ ਪਈਆਂ ਸੀ ਮੈਨੂੰ ਭੁੱਲਦੀਆਂ ਨੀ ਉਹ ਗੱਲਾਂ ਜੋ ਤੂੰ ਕਹੀਆਂ ਸੀ ਹਾਲੇ ਕਿੰਨੀਆਂ ਚੀਜ਼ਾਂ ਹੱਥ ਵਿੱਚ ਕਾਰੇ ਪਈਆਂ ਸੀ ਮੇਰਿਆਂ ਹੱਥਾਂ ਦੇ ਵਿੱਚ ਖੁਸ਼ਬੂ ਤੇਰਿਆਂ ਹੱਥਾਂ ਦੀ ਅੱਜ ਵਿਚਾਰ ਚੁਫੇਰੇ ਉੱਡਦੀ ਰਹਿੰਦੀ ਵਾਹ ਬਣ ਕੇ ਨੀ ਤੂੰ ਵੇਲਾ ਵਾਂਗੂੰ ਚੜ ਗਈ ਰੂਦਿਆਂ ਰੁੱਖਾਂ ਤੇ ਮੈਂ ਤੇਰੇ ਪੈਰੀ ਉੱਕ ਆਇਆ ਹਾਂ ਖਾ ਬਣ ਕੇ ਮੇਰੇ ਦਿਲ ਚੋਂ ਉੱਠਦੀਆਂ ਹੁਕਾਂ ਮੈਨੂੰ ਪੁੱਛਦੀਆਂ ਨੇ ਕਿੱਥੇ ਗੁੰਮ ਜਾਂਦੇ ਨੇ ਏਡੇ ਸੋਹਣੇ ਰਾਹ ਬਣ ਕੇ ਹਾਂ 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 ਬਾਹਰਲਾ ਨੰਬਰ ਕੀ ਆ ਗਿਆ ਹੈਲੋ ਕੌਣ ਅੱਛਾ ਹਾਂ ਮੰਗੇ ਕਿਵੇਂ ਆ ਤੂੰ ਠੀਕ ਤਾਂ ਹੈਗਾ
ਯਾਰ ਮੰਗੇ ਬਾਈ ਬਣ ਕੇ ਯਾਰ ਰੋ ਨਾ ਦੇਖ ਰੱਬ ਦੀਆਂ ਲਿਖੀਆਂ ਦੇ ਅੱਗੇ ਹੈ ਨਾ ਕਿਹਦਾ ਜ਼ੋਰ ਚੱਲਦਾ ਮੇਰਾ ਬਾਈ ਬਣ ਕੇ ਹੌਂਸਲਾ ਰੱਖ ਜੋ ਹੋਣਾ ਸੀਗਾ ਉਹ ਤਾਂ ਹੋ ਗਿਆ ਸਾਰੇ ਕੱਪੜੇ ਪਾਤੇ ਮੋਟੇ ਕੱਪੜੇ ਵੀ ਪਾਤੇ ਚੰਗਾ ਠੀਕ ਆ ਮਾਤਾ ਮਾਤਾ ਤੂੰ ਐਂ ਦੱਸ ਘੈਂਟ ਲੱਗ ਰਹਿਣਾ ਮੈਂ ਹਾਈ ਘੈਂਟ ਪੁੱਤ ਘੈਂਟ ਤਾਂ ਲੱਗਣਾ ਹੀ ਓਹੋ ਮਾਤਾ ਉਹ ਛੇਤੀ ਕਰਨਾ ਮਾੜਾ ਜਿਹਾ ਬਾਹਰ ਗੱਡੀ ਮੇਰਾ ਵੇਟ ਕਰੀ ਜਾਂਦੀ ਆ ਛੇਤੀ ਆ ਆ ਨਾਲੇ ਪਿੰਨੀਆਂ ਪਾਤੀਆਂ ਖਾ ਲਿਆ ਕਰੀ ਓ ਮੇਰੀ ਮਾਂ ਉਹ ਪਿੰਨੀਆਂ ਦੀ ਕੀ ਲੋੜ ਸੀ ਚੰਗਾ ਭੁੱਖ ਲੱਗਿਆ ਕਰੂ ਖਾ ਲਿਆ ਕਰੀ ਉੱਥੇ ਵੀ ਨਾ ਵੰਡਦੀ ਕਿਸੇ ਨੂੰ ਉਹ ਨਾ ਨਾ ਮਾਤਾ ਮੈਂ ਸਭ ਖਾ ਲੂੰਗਾ ਚੰਗਾ ਤੂੰ ਐਂ ਕਰੀ ਤੂੰ ਨਾ ਬਾਪੂ ਦਾ ਖਿਆਲ ਰੱਖੀ ਮੇਰੇ ਮਗਰੋਂ ਤੇਰੇ ਬਾਪੂ ਦਾ ਮੈਂ ਕੀ ਖਿਆਲ ਰੱਖਣਾ ਤੇਰਾ ਬਾਪੂ ਦਾ ਆਪ ਦਾ ਖਿਆਲ ਆਪ ਰੱਖੂਗਾ ਚੰਗਾ ਤੂੰ ਵੀ ਆਪਣਾ ਖਿਆਲ ਰੱਖਿਆ ਕਰੀ ਮੈਂ ਫੋਨ ਕਰਦਾ ਰਹੂੰਗਾ ਠੀਕ ਆ ਚੰਗਾ ਪੁੱਤ ਤੂੰ ਤਾਂ ਛੱਡ ਕੇ ਚੱਲਿਆ ਉਹ ਕਿਉਂ ਮਾਤਾ ਟੈਨਸ਼ਨ ਲਈ ਜਾਂਦੀ ਹੈ ਤੂੰ ਜਲਦੀ ਕਰ ਉੱਧਰ ਮੈਨੂੰ ਗੱਡੀ ਡਿੱਕੀ ਜਾਂਦੀ ਆ ਉਹ ਆ ਗਏ ਬਾਪੂ ਜੀ ਆ ਗਏ ਚੱਲ ਚੱਲ ਇਹਨੂੰ ਅਡਕਾਲੀ ਹੋਈ ਪਈ ਹੈ ਚੱਲ ਤੂੰ ਛੇਤੀ ਕਰ ਗੱਡੀ ਨਾ ਲੰਘ ਜੇ ਕਿਤੇ ਮੇਰੀ ਪਹਿਲਾਂ ਤਾਂ ਕਹਿੰਦਾ ਸੀ ਮੈਂ ਜਾਣ ਨਹੀਂ ਦਿੰਦਾ ਹੁਣ ਕਹਿੰਦਾ ਛੇਤੀ ਛੇਤੀ ਕਾਲੀ ਕਾਲੀ ਕਰਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖ ਲਈ ਫਿਰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਨਾਲੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਨਾਲੇ ਕਰੋ ਕਮੈਂਟ ਅਤੇ ਨਾਲੇ ਕਰੋ ਲਾਈਕ ਹਾਂਜੀ ਜਿਹੜੀਆਂ ਵੀ ਫਾਰਮੈਲਿਟੀਆਂ ਨੇ ਸਾਰੀਆਂ ਪੂਰੀਆਂ ਕਰੋ ਅਤੇ ਜਿਹੜਾ ਵੱਧ ਤੋਂ ਵੱਧ ਕਮੈਂਟ ਕਰੂਗਾ ਉਹਦਾ ਅਸੀਂ ਹੁਣ ਕਮੈਂਟਾਂ 'ਚ ਨਾਮ ਵੀ ਜ਼ਰੂਰ ਬੋਲਾਂਗੇ ਹੈ ਨਾ ਅਗਲੀ ਵੀਡੀਓ 'ਚ ਅਤੇ ਵੈੱਬ ਸੀਰੀਜ਼ ਨੂੰ ਬਹੁਤ ਪਿਆਰ ਦੇਣਾ ਗਾ ਅੱਗੇ ਵੀ ਇੱਦਾਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਫੇਸਬੁੱਕ 'ਤੇ ਵੀ ਆਪਾਂ ਵੀਡੀਓ ਪਾਉਂਦੇ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦਾ ਸਾਰਿਆਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ